ਸਤਿ ਸ੍ਰੀ ਅਕਾਲ ਜੀ। ਅੱਜ ਆਪਣਾ ਜਿਹੜਾ ਮੋਹਾਲੀ ਦੇ ਧਰਨੇ ਦੇ ਵਿੱਚ ਸੰਘਰਸ਼ ਭਖੇ ਸੰਘਰਸ਼ ਦਾ ਦੂਜਾ ਦਿਨ ਸੀਗਾ। ਆਲਰੇਡੀ ਆਪਾਂ 16 ਜੂਨ ਤੋਂ ਜਿਹੜਾ ਇੱਥੇ ਜਿਹੜਾ ਸੰਘਰਸ਼ ਕਰ ਰਹੇ ਹਾਂ ਉਹਦੇ ਤਹਿਤ ਆਪਣੀਆਂ 8,893 ਪੋਸਟਾਂ ਦਾ ਜਿਹੜਾ ਚੱਲ ਰਿਹਾ ਸੀ ਪ੍ਰੋਸੈਸ, ਉਹਨੂੰ ਦੇਰੀ ਹੋਣ ਕਰਕੇ ਇੱਕ ਠੰਡਾ ਪਿਆ ਸੰਘਰਸ਼ ਜਿਹੜਾ ਅਸੀਂ ਦੁਬਾਰੇ ਮੰਗਾਇਆ। ਆਪਾਂ ਪੂਰੇ ਪੰਜਾਬ ਭਰ ਦੇ ਸੈਂਕੜੇ ਅਧਿਆਪਕ, ਹਜ਼ਾਰਾਂ ਦੀ ਗਿਣਤੀ 'ਚ ਅਧਿਆਪਕ ਆਉਂਦੇ ਰਹੇ। ਅੱਜ ਉਹਦਾ ਦੂਜਾ ਦਿਨ ਸੀਗਾ ਜਿਹਦੇ ਤਹਿਤ ਕੰਮ ਕਾਜ ਹੈ ਜਿਹੜਾ ਪੂਰੇ 7 ਮਹਿਕਮਿਆਂ ਦਾ ਪੂਰੇ 2 ਦਿਨਾਂ ਲਈ ਬੰਦ ਰੱਖਿਆ ਹੈ। ਅਗਲੇ ਦਿਨਾਂ ਦੇ ਵਿੱਚ ਵੀ ਪੂਰਨ ਜਿਹੜਾ ਇਹ ਬੰਦ ਰਹੂਗਾ। ਔਰ ਜਿਹੜਾ ਹੈਗਾ ਅੱਜ ਕੋਰਟ ਦੇ ਵਿੱਚ ਪ੍ਰੋਬਲਮ ਆਈ ਆ, ਉਹ ਵਿਭਾਗ ਤੋਂ ਕੁਝ ਡਾਕੂਮੈਂਟਸ ਮੰਗਾਏ ਆ, ਉਹ 29 ਤਰੀਕ ਨੂੰ ਦੇ ਦੇਣਗੇ ਵਿਭਾਗ ਵਾਲੇ। ਆਪਾਂ ਨੂੰ ਪਤਾ ਹੈ ਵੀ ਚਲੋ ਕੋਰਟ ਦੇ ਵਿੱਚ ਹੋ ਸਕਦਾ ਡੇਟਾ ਜਿਹੜੀ ਅੱਗੇ ਪਿੱਛੇ ਹੋਰ ਹੋ ਜਾਵੇ ਜਾਂ ਅਸੀਂ ਕੁਝ ਨਹੀਂ ਕਹਿ ਸਕਦੇ, ਬਟ ਵਕੀਲ ਤੇ ਵਿਭਾਗ ਹੈ ਜਿਹੜੇ ਆਪਣੇ ਅਟਲ ਖੜੇ ਆ। ਚਲੋ ਜੱਜ ਦਾ ਮਾਇੰਡ ਸੀ ਜੋ ਡਾਕੂਮੈਂਟਸ ਲੋੜ ਪਈ ਉਹਨਾਂ ਨੇ ਮੰਗਾ ਲਏ, ਭਾਵੇਂ ਦੀ ਇਸ ਦਾ ਦੂਜੀ ਧਿਰ ਹੈ ਜਿਹੜੀ ਆਪਦੇ ਫੇਵਰ ਦੇ ਵਿੱਚ ਖੁਸ਼ੀਆਂ ਮਨਾਉਂਦੀ ਨਜ਼ਰ ਆਊਗੀ, ਬਟ ਨਹੀਂ, ਉਹ ਐਜ਼ ਇਟ ਚੱਲਦਾ ਰਹੂਗਾ। ਜੋ ਜੱਜ ਨੇ ਰਿਕੁਆਇਰਮੈਂਟਸ ਮੰਗਾਉਣੀਆਂ 29 ਤਰੀਕ ਤੋਂ ਪਹਿਲਾਂ ਵੀ ਔਰ 29 ਨੂੰ ਹੀਅਰਿੰਗ ਦੇ ਵਿੱਚ ਵੀ ਉਹ ਵਿਭਾਗ ਦੇ ਦੂਗਾ, ਔਰ ਆਪਣੇ ਐਡਵੋਕੇਟ ਹੈ ਜਿਹੜੇ ਉਹ ਵੀ ਆਪਣੀ ਧਿਰ ਬਣ ਕੇ ਲੜਦੇ ਰਹਿਣਗੇ। ਨਾਲ ਦੀ ਨਾਲ ਇੱਕ ਅਪੀਲ ਕਰਦੇ ਹਾਂ, ਜਿੱਥੇ ਸੰਘਰਸ਼ ਦਾ ਦੂਜਾ ਦਿਨ ਸੀਗਾ ਇਸ ਨੂੰ ਅੱਜ ਕੋਰਟ ਦੇ ਫੈਸਲੇ ਤੋਂ ਬਾਅਦ ਅੱਗੇ ਵੀ ਵਧਾਇਆ ਗਿਆ। ਫੈਸਲਾ ਜਿਹੜਾ ਸਰਬਸੰਮਤੀ ਨਾਲ ਹੋਇਆ, ਇੱਥੇ ਜਿਹੜੇ ਬੈਠੇ ਅਧਿਆਪਕ ਸੀਗੇ ਸਾਰੇ ਪੂਰੇ ਜਿਹੜੇ ਇਹਨਾਂ ਦੇ ਵਿੱਚ ਫੈਸਲਾ ਹੋਇਆ ਵੀ ਸਟੇਟ ਲੈਵਲ ਦੀ ਜਿਹੜੀ ਰੈਲੀ ਹੈ ਉਹ ਐਤਵਾਰ ਦੀ ਵੱਡੇ ਰੂਪ ਦੇ ਵਿੱਚ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਹ ਇਕੱਠ ਰੱਖ ਕੇ ਰੱਖੀ ਗਈ ਹੈ, ਔਰ ਇਹ ਜਿਹੜਾ ਗੇਟ ਬੰਦ ਕਰਨ ਦਾ ਫੈਸਲਾ ਹੈ ਇਹ ਲਗਾਤਾਰ ਜਾਰੀ ਰਹੂਗਾ। ਹਾਂਜੀ ਹਾਂਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ, ਲਗਭਗ ਜਿੰਨੇ ਵੀ ਸਾਥੀ ਇੱਥੇ ਕੱਲ੍ਹ ਦੇ ਡਟੇ ਹੋਏ ਆ, ਉਹਨਾਂ ਨੇ ਲਗਾਤਾਰ ਸਿੱਖਿਆ ਭਵਨ ਦੀ ਜਿਹੜੀ ਆ ਇਹ ਇਮਾਰਤ ਦਾ ਜਿਹੜੀ ਬੰਦ ਕੀਤੀ ਹੋਈ ਆ। ਪਰ ਸਾਥੀਓ ਹੁਣ ਐਤਵਾਰ ਨੂੰ ਆਪਾਂ ਸਾਰੇ ਪੰਜਾਬ ਨੇ ਇਕੱਠੇ ਹੋ ਕੇ ਇਸ ਧਰਨੇ 'ਚ ਸ਼ਾਮਲ ਹੋਣਾ, ਅਤੇ ਪੂਰੇ ਪੰਜਾਬ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਆਪਣੇ ਇਸ ਮੋਹਾਲੀ ਧਰਨੇ 'ਚ ਇਕੱਠੇ ਹੋ ਕੇ ਐਤਵਾਰ ਨੂੰ ਜਿੱਥੇ ਅਸੀਂ ਵੱਡਾ ਐਕਸ਼ਨ ਕਰਾਂਗੇ ਉੱਥੇ ਹੀ ਐਤਵਾਰ ਤੋਂ ਬਾਅਦ ਅਗਲੇ ਆਪਣੇ ਭਵਿੱਖ ਦੀ ਰਣਨੀਤੀ ਕਰਨ ਲਈ, ਕਿਉਂਕਿ ਆਪਣੇ ਕੋਲ 15 ਤੋਂ 20 ਦਿਨ ਨੇ, ਸਾਰੇ ਸਰਕਾਰ ਕੋਲ ਵੀ 20 ਤੋਂ 25 ਦਿਨ ਆ, ਇਹਦੇ ਵਿੱਚ ਆਪਾਂ ਵੱਡੀਆਂ ਪ੍ਰਾਪਤੀਆਂ ਕਰਨ ਲਈ ਐਤਵਾਰ ਨੂੰ ਜਿਹੜੇ ਰਲ ਮਿਲ ਕੇ ਸਾਰੇ ਸਾਂਝੇ ਤੌਰ 'ਤੇ ਵੱਡੇ ਐਕਸ਼ਨ ਕਰਨ ਲਈ ਸਕੂਲਾਂ ਦੇ ਸੰਬੰਧੀ ਜਾਂ ਆਪਣੇ ਹੋਰ ਫੈਸਲੇ ਜਿਹੜੇ ਤੁਹਾਡੇ ਨਾਲ ਰਾਏ ਕਰਕੇ ਐਤਵਾਰ ਨੂੰ ਮੋਹਾਲੀ ਧਰਨੇ ਦੀ ਧਰਤੀ 'ਤੇ ਲੈ ਜਾਣਗੇ। ਸਾਰੇ ਜਿੰਨੇ ਐਤਵਾਰ ਨੂੰ ਮੋਹਾਲੀ ਧਰਨੇ ਦੇ ਵਿੱਚ 21 ਤਰੀਕ ਨੂੰ ਜਿਹੜਾ ਆਪਣਾ ਪੇਪਰ ਰੱਦ ਕਰਕੇ ਗਾਹ ਲੈ ਗਏ ਸੀ, ਉਸੇ 21 ਨੂੰ ਆਪਾਂ ਪੂਰੇ ਪੰਜਾਬ ਨੇ ਅੱਜ ਉਸੇ ਤਰ੍ਹਾਂ ਇੱਥੇ ਪਹੁੰਚਣਾ ਜਿਵੇਂ ਅਸੀਂ ਪੇਪਰ ਦੇਣ 21 ਨੂੰ ਜਾਣਾ ਸੀਗਾ, ਬੱਚਿਆਂ ਦੇ ਸਮੇਤ ਪਰਿਵਾਰ ਸਹਿਤ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ, ਜਦੋਂ ਕਿ ਪਰਸੋਂ ਇੱਕ ਲੈਟਰ ਜਾਰੀ ਹੋਇਆ ਜਿਹੜਾ ਕਿ 21 ਦਾ ਪੇਪਰ ਪੋਸਟਪੋਨ ਕਰਕੇ 28 ਦਾ ਕੀਤਾ ਗਿਆ, ਇਸ ਗੱਲ ਤੋਂ ਇੱਕ ਸੰਕੇਤ ਮਿਲਿਆ ਕਿ ਸਰਕਾਰ ਦੀ ਮਨਸ਼ਾ ਜਿਹੜੀ ਉਹ ਇਸ ਭਰਤੀ ਨੂੰ ਸਿਰੇ ਚਾੜਨ ਦੀ ਨਹੀਂ ਹੈਗੀ। ਜੇਕਰ ਸਰਕਾਰ ਚਾਹੁੰਦੀ ਤਾਂ ਬਹੁਤ ਕੁਛ ਕਰ ਸਕਦੀ ਸੀ, ਪਰ ਆਪਾਂ ਇਸ ਭਰਤੀ ਨੂੰ ਸਿਰੇ ਲਵਾਉਣ ਦੇ ਲਈ ਪਿਛਲੇ 2 ਦਿਨਾਂ ਤੋਂ ਲਗਾਤਾਰ ਜਿਹੜਾ ਸਿੱਖਿਆ ਭਵਨ ਦੀ ਬਿਲਡਿੰਗ ਹੈ ਉਹ ਬੰਦ, ਉਹਦਾ ਗੇਟ ਹੈ ਜਿਹੜਾ ਬੰਦ ਕੀਤਾ ਹੋਇਆ। ਆਪਾਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਆਪਣੇ ਸਾਰੇ ਸਾਥੀ ਜਿਹੜੇ 13,000 ਸਾਥੀ ਹੈ ਉਹਨੂੰ ਸੈੱਟ ਕਰਨਾ, ਚਾਹੇ ਐਂਟੀਟੀ ਦੀਆਂ ਪੋਸਟਾਂ ਨੇ ਚਾਹੇ ਕਿਵੇਂ ਵੀ ਹੈ, ਉਹ ਸਰਕਾਰ ਨੇ ਦੇਖਣਾ। ਅਸੀਂ ਉਹ ਲੜਾਈ ਲੜਨ ਲੱਗੇ ਹੋਏ ਹਾਂ, ਆਹ ਸਾਡੇ ਨਾਲ ਸਾਰੇ ਸਾਥੀ ਬੈਠੇ ਨੇ। ਅਸੀਂ ਬਾਕੀ ਸਾਥੀਆਂ ਨੂੰ ਵੀ ਅਪੀਲ ਕਰਦੇ ਹਾਂ ਵੀ ਘਰਾਂ ਦੇ ਵਿੱਚੋਂ ਲਿਕੜ ਕੇ ਇੱਥੇ ਧਰਨੇ 'ਤੇ ਪਹੁੰਚੋ, ਜੇਕਰ ਕੁਛ ਮਿਲਿਆ ਤਾਂ ਇਸ ਧਰਨੇ ਤੋਂ ਹੀ ਮਿਲਿਆ, ਤਾਂ ਹੀ ਮਿਲਣਾ। ਤੁਸੀਂ ਸਾਰੇ ਸਾਥੀਆਂ ਨੂੰ ਵੀ ਇਹੀ ਵਾਰ ਵਾਰ ਅਪੀਲ ਕਰਦੇ ਹਾਂ ਇਸ ਧਰਨੇ 'ਤੇ ਪਹੁੰਚੋ। ਬਾਕੀ ਸਾਥੀ ਪਹੁੰਚੇ ਹੋਏ ਨੇ ਲਗਾਤਾਰ ਦਿਨ ਰਾਤ ਇੱਥੇ ਡਟੇ ਹੋਏ ਨੇ। ਇਹ ਧਰਨਾ ਜਿਹੜਾ ਲਗਾਤਾਰ ਜਾਰੀ ਰਹੂਗਾ, ਗੇਟ ਬੰਦ ਰਹੂਗਾ, ਅਤੇ ਇੱਕ ਇਹ ਸਮੂਹਿਕ ਰੂਪ ਦੇ ਵਿੱਚ ਫੈਸਲਾ ਕੀਤਾ ਵੀ ਦਿਨ ਐਤਵਾਰ ਨੂੰ ਆਪਾਂ ਨੇ ਇੱਥੇ ਵੱਡੇ ਲੈਵਲ ਦੀ ਇੱਕ ਬਹੁਤ ਵੱਡੀ ਰੈਲੀ ਕਰਨੀ ਹੈ ਸਰਕਾਰ ਨੂੰ ਜਗਾਉਣ ਦੇ ਲਈ, ਕਿਉਂਕਿ ਤਾਂ ਕਿ ਆਪਣੇ ਮਸਲੇ ਨੇ ਜਿਹੜੇ ਉਹ ਸਾਰੇ ਹੱਲ ਕਰਵਾ ਸਕੀਏ। ਸਾਰੇ ਸਾਥੀਆਂ ਨੂੰ ਇਹੀ ਬੇਨਤੀ ਹੈ ਵੀ ਇਸ ਧਰਨੇ 'ਤੇ ਪਹੁੰਚੋ। ਧੰਨਵਾਦ। ਹਾਂਜੀ, ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ, ਜਿਵੇਂ ਕਿ ਤੁਹਾਨੂੰ ਪਤਾ ਵੀ ਜਿਹੜਾ ਆਪਣਾ ਧਰਨਾ ਹੈ ਲਗਾਤਾਰ 16 ਜੂਨ ਤੋਂ ਲੱਗਾ ਹੋਇਆ ਹੈ, ਠੀਕ ਹੈ, ਉਹਦੇ ਵਿੱਚ ਬਹੁਤ ਉਤਾਰ ਚੜਾ ਆਏ ਨੇ। ਪਰ ਇੱਕ ਮੈਂ ਗੱਲ ਕਹਿ ਦੇਣਾ, ਹੁਣ ਜਿਹੜਾ ਇਲੈਕਸ਼ਨ ਜਿਹੜਾ 1 ਮਹੀਨਾ ਲਾਸਟ ਰਹਿ ਗਿਆ ਹੈ, ਉਸ 1 ਮਹੀਨੇ ਦੇ ਵਿੱਚ ਅਸੀਂ ਸਰਕਾਰ ਤੋਂ ਜੋ ਸਾਡਾ ਹੱਕ ਬਣਦਾ, ਰਾਈਟ ਬਣਦਾ, ਅਸੀਂ ਲੈਣਾ ਹੈ। ਠੀਕ ਹੈ, ਸਰਕਾਰ ਦੀ ਹੁਣ ਤੱਕ ਦੀ ਨੀਤ ਇਹ ਰਹੀ ਆ ਵੀ ਚਾਹੇ ਜਿੰਨੀਆਂ ਵੀ ਭਰਤੀਆਂ ਇਹਨਾਂ ਨੇ ਕੱਢੀਆਂ ਨੇ, ਅਸੀਂ ਇਹ ਕਹਿ ਸਕਦੇ ਹਾਂ ਸਾਰੀਆਂ ਕੋਰਟ ਦੇ ਵਿੱਚ ਰੋਲੀਆਂ ਨੇ। ਕੋਈ ਮਰਜ਼ੀ ਭਰਤੀ ਲੈ ਲਓ, ਮੈਂ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ। ਠੀਕ ਹੈ, ਸਾਡੇ ਭਰਤੀ 'ਤੇ ਵੀ ਇਹਨਾਂ ਨੇ ਇੱਕ ਗ੍ਰਹਿ ਲਾਇਆ ਹੈ, ਉਹਨੂੰ ਵੀ ਇਹ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ,
साड़ी मंग आ चाहे वह भर्ती जिथे मर्जी रोलन जो मर्जी करना साड़ी मंग आ 13,000 जिहड़े साडे कच्चे अध्यापक ने उन्होंने पक्का रोजगार दे सरकार जिथे मर्जी एडजस्ट करे सानू नहीं पता वो उन्होंने प्रबंध करना है वह जिथे मर्जी प्रबंध करना जिहड़ा असी प्रोग्राम रखिया है उन्हें एक गल मैं होर कह देना चाहना हूँ सानू फैसले वड्डे रूप दे विच लैने पैणगे असी उस दिन 21 तरीक नू फैसला लवांगे स्कूलों का जिहड़ा आपां बाइकाट करना है समूह रूप दे विच वड्डी तैयारी दे नाल आपां उहदा मतलब तैयारी करन तों बाद गलबात करन तों बाद फैसला लिया जाऊगा। दूजी गल यह भी जिहड़ा सिक्ख्या विभाग का जिहड़ा गेट है ये बंद रखना आपां चाहे कल नू छुट्टी आ परसों भी छुट्टी आ संडे तां हैगा ही आ सोमवार लगातार इन्हें अगले बने इन गेट के अगे बैठा करा इन बंद रखा ये कंटिन्यू बंद रखा जेकर ये बंद रख गए ये गल कह देना चाहना 7 डिपार्टमेंट ने दे विच सारा जिन्ना भी सिस्टम है सारा इतों चलता है पंजाब का जे इनू बंद रख गए इतों बहुत कुछ हासिल करा तो उस तो बाद चंडीगढ़ में भी उन्हें मुख जो मुख्यमंत्री उन्हें निवास में जाया जाऊगा उस दिन वड्डे एक्शन किए जाएंगे तो मंग इको ही होगी सारे अध्यापकों का कोई पक्का हल किया जाए जो मर्जी कर सानू नहीं लोड़ किसी 83 तरह ने भी सानू किसी चीज़ की लोड़ नहीं हैगी भर्ती किवें इन्होंने बचाना की करना जो मर्जी करना पर असं डिफेंड करते रहेंगे असं करा आपके वालों करने की कोशिश करा सब कुछ करा कर भी रहे हैं हूँ भी करा अगे भी करा पर मंग ये आ भी सरकार जिवें मर्जी एडजस्ट करे इन्हों के घरें रोटी पकती करे चाहे तनखा वधावे चाहे कोई नवी पोस्ट लैके आए बहुत रस्ते है रस्ता एक नहीं है रस्ते बहुत ने हरेक बीमारी का इलाज हैगा सरकार जिहड़ा मर्जी हल करे साडी कोई मंग रहेगी भी जिथे मर्जी एडजस्ट करे। बाकी मेरी एक होर बेनती आ पंजाब दे विच जिन्ने भी साडे होर भी साथी ने भाई कट्ठे होके इत्थे लड़ लगे मैं बेनती करदा ये सही पहले दिन इत्थे धरना लाया है तो इतों ही प्राप्त करांगे सारा कुछ किसी ना कोई विरोध नहीं किसी ना कोई साडी वैर नहीं हैगा कोई गल नहीं कोई कुछ नहीं एक महीना रह गया है भावें तो लड़ाई झगड़े च कढ़ दो तो भावें कट्ठे होके लड़ लो जॉब तुहाडे हाथ चो चली जानी आ जे इन्हां चक्करां दे विच असीं तुरे फिरे ये आखिरी चांस आ असीं अपील करदे आ कि धरना तुसीं खुद लाया है तो उहनूं सिरे भी आप आके चढ़ाओ चाहे कोई भी साडा साथी आ उह आवे इत्थे इहनूं धरने नूं आपां सफल बनाईए तो साडी जिहड़ी मंग आ अज वी असीं जाके गल्लां बातां बहुत होईआं ने जिहड़ियां मैं बहुतियां गल्लां इत्थे शेयर नहीं कर सकदा पर सच्चाई इह आ भी हल आपां करवा लांगे हल 13,000 अध्यापकां दा करवाउणा है तो सरकार जिथे मर्जी करे मंग इक्को आ जिथे मर्जी करे सानू नहीं पता घरे रोटी पकदी करदे चाहे उन्हें सारे अध्यापकों के चाहे उन्होंने तनखावां वधाउणा चाहे उन्होंने कोई पोस्ट देना पर जे कहणगे 83, 93, 90 तरीक नूं कोर्ट दे विचों असीं स्टे तड़ा लांगे ठीक है तड़ाओ वह तो साडा राइट बनता ही बनता है वह तो असीं लैणी लैणी आ पर उस तों पहलां असीं कोई हल करवाउणा है तो हल करा जांगे पक्के तौर पर आगे इतने बैठ जाओ स्कूलों ने कुछ नहीं देना जिहड़ी तनखाह तुसीं लैंदे जे जे हफ्ते हफ्ते 10-10 दिन की छड़ दोगे कोई फर्क नहीं पैना वो तनखाह छड़ के इतने आ जाओ धरने दे विच जदों जिन्ना चिर बिल्डिंग बंद करके रख छड़ी ना तुसीं मैं विश्वास ना कहना तो दावे ना कहना हल पक्का करवा के तो उठांगे क्योंकि इतों जो सिस्टम इन्हों का बंद होया रहा ना कल भी कंधा टप के गए ने अज किसी की एंट्री नहीं हुई तो जदों आ कंटिन्यू हुण जारी रहेगा कल अज दूजा दिन आ तो कंटिन्यू है जारी रखांगे सोमवार तक जब इन्हों अल्टीमेट मिल गया CID के थ्रू भी दफ्तर सोमवार भी बंद रहना है तो पहले ही गलबात करेंगे गलबात करके हल भी करेंगे तो हल करावांगे भी तो कोई टेंशन वाली कोई गल नहीं जितांगे घबराने की लोड़ नहीं। धन्यवाद। अज अध्यापक साथियों जो अज कोर्ट का फैसला आया आ इस तो पहला ही सरकार ने अपना फैसला देता सीगा 21 तरीक नूं पेपर रद्द करके सरकार का किरदार वो सामने आ बिल्कुल तो ਤੁਹਾਡਾ ਪੇਪਰ 21 ਤਰੀਕ ਨੂੰ ਸੀਗਾ ਪਰ 21 ਤਰੀਕ ਨੂੰ ਹੀ ਤੁਹਾਡਾ ਪੇਪਰ ਹੈ ਅਸਲੀ ਅੱਜ ਵੀ ਤੁਹਾਡਾ ਪੇਪਰ 21 ਤਰੀਕ ਨੂੰ ਆ ਅਗਰ ਇਸ ਪੇਪਰ ਨੂੰ ਦੇਣ ਲਈ ਹਰ ਬੰਦਾ ਇੱਥੇ ਪਹੁੰਚ ਗਿਆ ਤੇ 21 ਤਰੀਕ ਨੂੰ ਹੀ ਤੁਹਾਡਾ ਜਿਹੜਾ ਹੱਲ ਹੈ ਉਹ ਤੁਹਾਡੀ ਝੋਲੀ ਦੇ ਵਿੱਚ ਪੈ ਜਾਏਗਾ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਆ ਸਟਰਗਲ ਦੇ ਬੇਸ ਤੇ ਜੋ ਤੁਸੀਂ 21 ਤਰੀਕ ਦੀ ਮਹਾ ਰੈਲੀ ਰੱਖੀ ਆ ਇਹ ਰੈਲੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਰੈਲੀ ਆ ਤੇ ਜੇਕਰ ਤੁਸੀਂ ਇਸ ਪੇਪਰ ਨੂੰ ਪਾਸ ਕਰ ਗਏ ਤੇ ਸਾਰਾ ਕੁਝ ਤੁਹਾਡਾ ਹੈ ਮਿੱਤਰੋ ਤੋ ਮੈਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਅਸੀਂ 21 ਤਰੀਕ ਨੂੰ ਵੀ ਵੱਡੇ ਰੂਪ ਦੇ ਵਿੱਚ ਕਾਫਲੇ ਦੇ ਰੂਪ ਦੇ ਵਿੱਚ ਇੱਥੇ ਪਹੁੰਚਾਂਗੇ ਭਾਵੇਂ ਸਾਡੀ ਆਪਣੀ ਵੀ ਰੈਲੀ ਹੈਗੀ ਹੈ ਖਰੜ ਮਾਣਪੱਤਾ ਕੱਚਾ ਦੇ ਕੰਟਰੈਕਟ ਮੁਲਾਜ਼ਮ ਮੋਰਚੇ ਦੀ ਪਰ ਫਿਰ ਵੀ ਅਸੀਂ ਇੱਥੇ ਪਹੁੰਚਾਂਗੇ ਤੇ ਬਣਦਾ ਜਿਹੜਾ ਸਹਿਯੋਗ ਹੈ ਭਰਾਤਰੀ ਜਥੇਬੰਦੀਆਂ ਵੱਲੋਂ ਤੁਹਾਨੂੰ ਮਿਲਦਾ ਰਹੇਗਾ ਪਰ 21 ਤਰੀਕ ਦਾ ਜੋ ਇਹ ਮਹਾ ਰੈਲੀ ਤੁਹਾਡੀ ਜਥੇਬੰਦੀ ਨੇ ਉਲੀਕੀ ਹੈਗੀ ਆ ਤੁਸੀਂ ਉਸਦੀ ਪੂਰੀ ਜ਼ੋਰ ਸ਼ੋਰ ਅਤੇ ਪੂਰੇ ਜੋਸ਼ ਉਤਸ਼ਾਹ ਨਾਲ ਰੈਲੀ ਤੇ ਪਹੁੰਚੋ ਅਤੇ ਆਪਣਾ ਜਿਹੜਾ ਬਣਦਾ ਹੱਕ ਲਵੋ ਜੀ।
कच्चे अध्यापक साथियो सारयां नूं सति श्री अकाल। सारयां नूं आपां बेनती कर सकदे हां क्योंकि आपां तुसीं सारे समझदार हो, आपां नूं सारयां नूं पता है वी जिहड़ा कुछ आपां हासिल कीता ओह सिर्फ आपां नूं संघर्ष दी बदौलत प्राप्त होया हुण तक। तां हुण सारयां अग्गे हत्थ बन्न के ही बेनती है भी जिहड़ा आपणा हुण पल पल अपने लई जिहड़ा आपां कीमती कह सकदे हां, अपना जिहड़ा बहुत कीमती समां बहुत साल आपां सरकार दे जिहड़ा लेखे ला चुकी हां, तां हुण जिहड़ा आपणे कोले सिर्फ 30 दिन दा समां जिहड़ा बचिआ है ਇਹ ਵੀ ਆਪਾਂ ਸਰਕਾਰ ਦੇ ਲੇਖੇ ਨਾ ਲਾਈਏ, ਆਪਾਂ ਆਪਣੇ ਭਵਿੱਖ ਲਈ ਸੋਚੀਏ, ਸਕੂਲਾਂ ਦਾ ਤਿਆਗ ਕਰਕੇ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਲਈ, ਆਪਾਂ ਆਪਣੇ ਖੁਦ ਦੇ ਭਵਿੱਖ ਲਈ, ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਇੱਥੇ ਮੋਹਾਲੀ ਧਰਨੇ ਤੇ ਵੱਧ ਤੋਂ ਵੱਧ ਗਿਣਤੀ ਚ ਪਹੁੰਚੀਏ, ਤਾਂ ਕਿ ਜਿਹੜਾ ਆਪਣਾ ਆਪਾਂ ਆਪਦੇ ਭਵਿੱਖ ਨੂੰ ਸਿਕਿਓਰ ਕਰ ਸਕੀਏ, ਤਾਂ ਆਪਣਾ ਜਿਹੜਾ ਭਵਿੱਖ ਇੱਥੋਂ ਹੀ ਸੁਰੱਖਿਅਤ ਹੋਊਗਾ, ਇੱਥੋਂ ਹੀ ਆਪਾਂ ਨੂੰ ਸਭ ਕੁਛ ਪ੍ਰਾਪਤ ਹੋਊਗਾ। ਪਹਿਲਾਂ ਵੀ ਜਿਹੜਾ ਆਪਾਂ ਲਿਆ, ਆਪਾਂ ਸਭ ਕੁਛ ਆਪਾਂ ਸੰਘਰਸ਼ ਦੇ ਬਲਬੂਤੇ ਤੇ ਲਿਆ, ਆਪਾਂ ਨੂੰ ਸਕੂਲਾਂ ਚ ਬੈਠੇ ਘਰੇ ਬੈਠੇ ਸਰਕਾਰ ਨੇ ਕੁਛ ਨਹੀਂ ਦੇਣਾ। ਸਾਰੇ ਮੂਹਰੇ ਹੱਥ ਬੰਨ ਕੇ ਬੇਨਤੀ ਹੈ ਭੈਣ ਭਰਾਵਾਂ ਅੱਗੇ, ਸਾਰੇ ਅਧਿਆਪਕ ਅੱਗੇ, ਤੁਸੀਂ ਆਪ ਹੀ ਸਮਝਦਾਰ ਹੋ, ਸਾਰਿਆਂ ਨੂੰ ਇੱਥੇ ਵੱਧ ਤੋਂ ਵੱਧ ਗਿਣਤੀ ਚ ਪਹੁੰਚਣ ਦੀ ਮੈਂ ਕਿਰਪਾਲਤਾ ਕਰਦੀ ਹਾਂ, ਬੇਨਤੀ ਕਰਦੀ ਹਾਂ ਸਭ ਤੋਂ। ਹਾਂਜੀ ਸਾਰੇ ਪੰਜਾਬ ਦੇ ਸਾਥੀਆਂ ਨੂੰ, ਜਿੰਨੇ ਵੀ ਸਾਡੇ ਸਾਥੀ ਨੇ ਕੱਚੇ ਅਧਿਆਪਕ ਆ, ਉਹਨਾਂ ਨੂੰ ਬੇਨਤੀ ਹੈ ਵੀ ਜਿਹੜਾ ਆਪਾਂ 21 ਤਰੀਕ ਨੂੰ ਪੇਪਰ ਹੋਣਾ ਸੀ ਪੋਸਟਪੋਨ ਹੋ ਗਿਆ, ਤੇ 28 ਵਾਲਾ ਵੀ ਪੋਸਟਪੋਨ ਹੀ ਹੈ, 29 ਨੂੰ ਇਹਨਾਂ ਨੇ ਡੇਟ ਪਾਤੀ ਰੱਦ ਕਰਤੀ। ਤੇ ਉਥੋਂ ਅੱਗੇ ਮੇਰੀ ਤਾਂ ਇੱਕੋ ਬੇਨਤੀ ਹੈ ਵੀ 21 ਨੂੰ ਆਪਣਾ ਪੇਪਰ ਸਮਝਦੇ ਹੋਏ ਮੋਹਾਲੀ ਧਰਨੇ ਤੇ ਪੂਰਾ ਪੰਜਾਬ ਹਰ ਤਰ੍ਹਾਂ ਦਾ ਮਨ ਮੁਟਾਵ ਮੁਟਾ ਕੇ ਪਹੁੰਚੋ, ਤਾਂ ਕਿ ਆਪਾਂ ਸਰਕਾਰ ਨੂੰ ਝੁਕਾ ਕੇ ਬਿਨਾਂ ਪੇਪਰ ਦੇ ਆਪਣਾ ਕੋਈ ਪੁਖਤਾ ਹੱਲ ਕਰ ਸਕੀਏ। 6000 ਤੇ ਸਾਡੇ ਗੁਜ਼ਾਰੇ ਹੁਣ ਬਿਲਕੁਲ ਵੀ ਨਹੀਂ ਹੁੰਦੇ, ਅਸੀਂ ਵੀ ਜਾਣਦੇ ਹਾਂ। ਸਰਕਾਰ ਦੀ ਸਾਡੇ ਤੋਂ ਇੱਕੋ ਹੀ ਮੰਗ ਹੈ ਕਿ 13,000 ਜਿਹੜੇ ਅਧਿਆਪਕ ਨੇ ਉਹਨਾਂ ਦਾ ਕੋਈ ਪੁਖਤਾ ਹੱਲ ਕਰੇ, ਚਾਹੇ ਉਹਨਾਂ ਨੂੰ ਪੱਕੀ ਪੋਸਟ ਤੇ ਲਾਵੇ, ਚਾਹੇ ਉਹਨਾਂ ਨੂੰ ਐਂਟੀਟੀ ਦਾ ਸਕੇਲ ਦੇਵੇ ਜਾਂ ਜਿਵੇਂ ਬਾਕੀਆਂ ਨੂੰ ਦਿੱਤਾ ਹੋਇਆ ਸੀ, ਜਿਵੇਂ ਰਮਸਾ ਵਾਲਿਆਂ ਨੂੰ ਸੀਗਾ, ਜਦੋਂ ਪੋਸਟਾਂ ਨਿਕਲਣਗੀਆਂ ਸਾਨੂੰ ਰੈਗੂਲਰ ਕਰਨੀ ਤਾਂ ਘੱਟੋ ਘੱਟ ਅਸੀਂ ਸਕੇਲ ਜ਼ਰੂਰ ਲੈ ਕੇ ਖੇਡਣਾ। ਸਾਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਗਿਣਤੀ ਚ ਆਓ ਤੇ 13,000 ਬੰਦਾ ਮੋਹਾਲੀ ਧਰਨੇ ਤੇ।